ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਅੱਜ ਖਬਰ ਮਿਲੀ ਹੈ ਕਿ ਜਿਵੇਂ ਦਰਬਾਰ ਸਾਹਿਬ ਨੂੰ ਹਿੰਦੁਸਤਾਨ ਦਾ ਨੰਬਰ 1 ਸਵੱਛ ਭਾਰਤ ਅਭਿਆਨ ਦਾ ਅਵਾਰਡ ਮਿਲਿਆ। ਮੈਂ ਸਮਝਦਾ ਕਿ ਜਿੱਥੇ ਲੱਖਾਂ ਲੋਕੀ ਉਸ ਸਥਾਨ ਤੇ ਆ ਕੇ ਨਤਮਸਤਕ ਹੁੰਦੇ ਨੇ, ਉਸ ਸਥਾਨ ਨੂੰ ਨੰਬਰ 1 ਦਾ ਦਰਜਾ ਮਿਲਿਆ। ਲੰਗਰ ਹੋਣ, ਬਾਥਰੂਮ ਹੋਣ, ਅੰਦਰ ਦੇ ਤੇ ਗੱਲ ਹੀ ਛੱਡ ਦਈਏ, ਜੋ ਅੰਦਰ ਮਹਾਰਾਜ ਦੀ ਕਿਰਪਾ ਵਰਤਦੀ ਹੈ, ਜੋ ਉੱਥੇ ਆਪ ਅਕਾਲ ਪੁਰਖ ਦਾ ਵਾਸ ਹੈ, ਗੁਰੂ ਨੇ ਬਖਸ਼ਿਸ਼ ਕੀਤੀ। ਅੱਜ ਖੁਸ਼ੀ ਦੀ ਗੱਲ ਇਹ ਹੈ ਕਿ ਹਿੰਦੁਸਤਾਨ ਦੀ ਰਾਜਧਾਨੀ ਕੈਪੀਟਲ ਦਿੱਲੀ ਨੂੰ ਅਗਰ ਕੋਈ ਧਾਰਮਿਕ ਸਥਾਨ ਨੂੰ ਅਵਾਰਡ ਮਿਲਿਆ ਸਵੱਛ ਭਾਰਤ ਅਭਿਆਨ ਦਾ, ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ, ਉਸ ਸਥਾਨ ਨੂੰ ਜਿੱਥੇ ਲੋਕੀ ਆ ਕੇ ਆਪਣੇ ਦੁੱਖ ਦੂਰ ਕਰਦੇ ਨੇ, ਜਿੱਥੋਂ ਲੱਖਾਂ ਲੋਕਾਂ ਨੂੰ ਦੂਰ ਦੁਰਾਡਿਓਂ ਆਏ, ਭਾਵੇਂ ਉਹ ਜੰਤਰ ਮੰਤਰ ਤੇ ਬਹਿ ਜਾਣ, ਭਾਵੇਂ ਉਹ ਕੇਜਰੀਵਾਲ ਹੋਵੇ, ਭਾਵੇਂ ਉਹ ਅੰਨਾ ਹਜ਼ਾਰੇ ਹੋਵੇ, ਭਾਵੇਂ ਉਹ ਬਾਬਾ ਆਮਟੇ ਹੋਵੇ, ਭਾਵੇਂ ਫੌਜੀਆਂ ਦੀ ਵਨ ਰੈਂਕ ਵਨ ਪੈਨਸ਼ਨ ਦੀ ਮੁਹਿੰਮ ਹੋਵੇ, ਭਾਵੇਂ ਤਮਿਲਨਾਡੂ ਦੇ ਕਿਸਾਨ ਆ ਜਾਣ, ਜੋ ਸੇਵਾ ਬੰਗਲਾ ਸਾਹਿਬ ਤੋਂ ਹੋ ਰਹੀ ਹੈ, ਔਰ ਹਜ਼ਾਰਾਂ ਵੀਹ ਹਜ਼ਾਰ ਬੰਦਾ ਆ ਕੇ ਰਾਤ ਰਹਿ ਜਾਂਦਾ ਹੈ ਉੱਥੇ, ਬਾਥਰੂਮ ਉੱਥੇ, ਗੁਰੂ ਦੀ ਕਿਰਪਾ ਨਾਲ ਹੋਸਪਿਟਲ, ਇਹ ਸਭ ਕੁਛ ਉੱਥੇ ਸੇਵਾਵਾਂ ਉਹਨਾਂ ਨੂੰ ਮਿਲਦੀਆਂ ਨੇ। ਮੈਂ ਸਮਝਦਾ ਠੀਕ ਆਖਿਆ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰ ਤੇ ਆ ਕੇ ਤੁਹਾਡੀਆਂ ਝੋਲੀਆਂ ਭਰੀਆਂ ਜਾਂਦੀਆਂ, ਤੁਹਾਡੇ ਦੁੱਖ ਕੱਟੇ ਜਾਂਦੇ ਨੇ। ਮੈਂ ਸਮਝਦਾ ਵਾਂ ਉਸ ਨੂੰ ਇਹ ਅਵਾਰਡ ਮਿਲਿਆ, ਇਹ ਸਾਰੇ ਸਿੱਖ ਜਗਤ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਸ੍ਰੀ ਦਰਬਾਰ ਸਾਹਿਬ ਔਰ ਗੁਰਦੁਆਰਾ ਸ੍ਰੀ ਗੁਰੂ ਬੰਗਲਾ ਸਾਹਿਬ ਜੋ ਅਵਾਰਡ ਮਿਲੇ ਨੇ, ਇਹ ਗੁਰੂ ਨਾਨਕ ਦੀ ਕਿਰਪਾ ਵਰਤ ਰਹੀ ਹੈ, ਦਸਮ ਪਿਤਾ ਦੀ ਕਿਰਪਾ ਵਰਤ ਰਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।